Recording in progress. Hello and good evening to all of you. Good evening, Dr. Saab. Good evening. See. Good morning. <laughs> and welcome back again in Zoom webinar. Dr. js as ਸਾਡੇ ਨਾਲ ਰੂਪਰੂ ਹੋਇਆ ਇੱਕ ਬਹੁਤ ਹੀ ਇੰਪੋਰਟੈਂਟ ਟਾਪਿਕ ਲੈ ਕੇ ਕਿ ਜਿਹੜਾ ਸਾਡਾ ਰਿਉਮਟਾਇਡ ਆਰਥਰਾਇਟਿਸ ਹੈ ਯਾਨੀ ਜਿਹੜਾ ਗਠੀਆ ਹੈਗਾ ਇਹ ਜਿਹੜਾ ਸਿੰਪਲ ਗਠੀਏ ਨਾਲੋਂ ਕਿੱਦਾਂ ਅਲੱਗ ਹੈਗਾ ਆ ਤੇ ਕਿੱਦਾਂ ਇਹਨੂੰ ਟਰੀਟ ਕੀਤਾ ਜਾ ਸਕਦਾ ਕਿੱਦਾਂ ਸਹੀ ਕੀਤਾ ਜਾ ਸਕਦਾ ਇਸ ਬਾਰੇ ਸਾਨੂੰ ਡਾਕਟਰ ਜੇਐਸ ਵੀਰਪ ਜੀ ਅੱਜ ਇਸ ਤੇ ਪ੍ਰਕਾਸ਼ ਪਾਉਗੇ ਤਾਂ ਵੈਲਕਮ ਕਰਦੇ ਹਾਂ ਡਾਕਟਰ ਜੇਐਸ ਵੀਰਪ ਜੀ ਦਾ ਐਮ ਬੀਬੀਐਸ ਐਫਏਐਮਐਸ ਐਫਸੀਜੀਪੀ ਪੀਜੀਡੀਜੀਐਮ ਹਮੇਸ਼ਾ ਦੀ ਤਰ੍ਹਾਂ ਆਪਣਾ ਕੀਮਤੀ ਵਕਤ ਕੱਢ ਕੇ ਸਾਡੇ ਨਾਲ ਰੂਬਰੂ ਹੋਏ ਆ ਥੋੜਾ ਜਿਹਾ ਅੱਜ ਅਸੀਂ ਜਿਹੜਾ ਹੈਗਾ ਆ ਡਿਊ ਟੂ ਸਮ ਇਸ਼ੂ ਥੋੜਾ ਜਿਹਾ ਟਾਈਮਿੰਗ ਲੇਟ ਹੋ ਗਿਆ ਬਟ ਫਿਰ ਵੀ ਅਸੀਂ ਆਪਣਾ ਜਿਹੜਾ ਸੈਸ਼ਨ ਆ ਕੰਟੀਨਿਊ ਕਰ ਰਹੇ ਆ ਵੈਲਕਮ ਡਾਕਟਰ ਸਾਹਿਬ ਥੈਂਕ ਯੂ ਜੀ ਥੈਂਕ ਯੂ ਥੈਂਕ ਯੂ ਚਿਤਨਾ ਜੀ ਜੀ ਅੱਜ ਦਾ ਟਾਪਿਕ ਮੇਰੇ ਪੈਨੋ ਤੇ ਪ੍ਰਾਭੂ ਬਹੁਤ ਇੰਪੋਰਟੈਂਟ ਹੈ ਔਰ ਜਿਹੜੇ ਲੋਕ ਇਸ ਬਿਮਾਰੀ ਤੋਂ ਸਫਰ ਕਰਦੇ ਆ ਉਹਨਾਂ ਨੂੰ ਪਤਾ ਹੈ ਕਿ ਇਹ ਬਿਮਾਰੀ ਕਿੰਨੀ ਦਰਦਨਾਕ ਹੈ اور ਕਿੰਨੀ ਪਿਆਨਕ ਹੈ ਆਪਾਂ ਗੱਲ ਕਰ ਰਹੇ ਆ ਕਿ ਤੁਸੀਂ ਆਪਣੇ ਰੂਮਟਾਇਡ ਗਠੀਏ ਦੀ ਟ੍ਰੀਟਮੈਂਟ ਨੇਚਰਲੀ ਆਪਣੇ ਹੱਥਾਂ ਨਾਲ ਕਰ ਸਕਦੇ ਹੋ ਤੁਹਾਨੂੰ ਬਹੁਤ ਟੌਕਸਿਕ ਦਵਾਈਆਂ ਖਾਣ ਦੀ ਜ਼ਰੂਰਤ ਨਹੀਂ ਹੈ ਅਗਰ ਤੁਸੀਂ ਥੋੜਾ ਜਿਆ ਆਪਣੇ ਬੋਡੀ ਵੱਲ ਖਿਆਲ ਰੱਖੋ ਤੇ ਤੁਸੀਂ ਇਹਨੂੰ ਆਪਣੇ ਆਪ ਠੀਕ ਕਰ ਸਕਦੇ ਹੋ ਇੱਕ नीचे ਮੈਂ ਕੋਰਟ ਦੇ ਨਾਇਆ ਡੋਨਾ ਮਕੈਨੀ ਦੀ ਉਹ ਕਹਿੰਦੀ ਆ ਕਿ ਦੋ ਜ਼ਿਆਦਾ ਦਰਦਨਾਕ ਚੀਜ਼ਾਂ ਮੇਰੀ ਲਾਈਫ ਦੇ ਵਿੱਚ ਹੋਈਆਂ ਇੱਕ ਤਾਂ ਇਹ ਆਰਥਰਾਈਟਸ ਹੈ ਗਠੀਆ ਤੇ ਦੂਜਾ ਮੇਰਾ ਡਾਈਵੋਰਸ ਮਤਲਬ ਆਪਣੇ ਡਾਈਵੋਰਸ ਦੇ ਨਾਲ ਉਹਨੇ ਇਹਨੂੰ ਕੰਪੇਅਰ ਕੀਤਾ ਹੈ ਤੇ ਵਟੀ ਅਪ ਦੇਖਦੇ ਆ ਕਿ ਇਹ ਗਠੀਆ ਰੂਮਟਾਇਡ ਗਠੀਆ ਕੀ ਹੈ ਇਹ ਇੱਕ ਆਟੋ ਇਮਿਊਨ ਤੇ ਸੋਜਿਸ਼ ਵਾਲੀ ਡਿਜ਼ੀਜ਼ ਹੈ ਜਿਹੜੀ ਕਿ ਤੁਹਾਡਾ ਜਿਹੜਾ ਰੱਖਿਆ ਪ੍ਰਣਾਲੀ ਬਾਡੀ ਦੀ ਹੈ ਉਹਨੂੰ ਅਟੈਕ ਕਰਦੀ ਹੈਗੀ ਆ ਇਮਿਊਨ ਸਿਸਟਮ ਜਿਹਨੂੰ ਕਹਿੰਦੇ ਹੈਗੇ ਆ ਜਦੋਂ ਤੁਹਾਡੇ ਬਾਡੀ ਦੀ ਆਪਣੀ ਰੱਖਿਆ ਪ੍ਰਣਾਲੀ ਤੁਹਾਡੇ ਆਪਣੇ ਸੈੱਲਾਂ ਨੂੰ ਨੁਕਸਾਨ ਦੇਣਾ ਸ਼ੁਰੂ ਕਰ ਦੇ ਉਹਨੂੰ ਅਸੀਂ ਸੋਰੀ ਉਹਨੂੰ ਅਸੀਂ ਆਟੋ ਇਮਿਊਨ ਕਹਿੰਦੇ ਆ ਇਹ ਅਟੈਕ ਜਿਹੜਾ ਹੈ ਬਾਈ ਮਿਸਟੇਕ ਹੋ ਜਾਂਦਾ ਹੈਗਾ ਆ ਤੇ ਉਹਦੇ ਨਾਲ ਕੀ ਹੁੰਦਾ ਆ ਉਹਦੇ ਨਾਲ ਸੋਜਿਸ਼ ਹੋ ਜਾਂਦੀ ਆ ਜਿਹੜੇ ਵੀ ਪਾਰਟ ਦੇ ਵਿੱਚ ਉਹ ਅਟੈਕ ਹੋਇਆ ਆ ਇਹ ਜਿਹੜੀ ਬਿਮਾਰੀ ਹੈ ਤਕਰੀਬਨ ਛੋਟੇ ਜੋੜ ਜਿਹੜੇ ਹੈਗੇ ਆ ਹੱਥਾਂ ਦੇ ਜੋੜ ਜਿਹੜੇ ਛੋਟੇ-ਛੋਟੇ ਹੈ ਉਹਨਾਂ ਨੂੰ ਅਟੈਕ ਕਰਦੀ ਹੈਗੀ ਆ ਇਹ ਕਈ ਜੋਇੰਟ ਐਟ ਅ ਟਾਈਮ ਕਈ ਜੋਇੰਟ ਨੂੰ ਬਾਈ ਲੈਟਰਲੀ ਦੋਨਾਂ ਪਾਸੇੋਂ ਕਰਦੀ ਆ ਇੱਕ ਪਾਸੇ ਨਹੀਂ ਕਿ ਸੱਜੇ ਕਰਨਾ ਆ ਜਾਂ ਖੱਬੇ ਦੋਨੋਂ ਹੀ ਪਾਸੇ ਐਟ ਅ ਟਾਈਮ ਕਰਦੀ ਹੈ ਇਹ ਇਹਦਾ ਬੜਾ ਪਾਰਟਿਕੂਲਰ ਫੀਚਰ ਹੈਗਾ ਆ ਇਹ ਜ਼ਿਆਦਾਤਰ ਹੱਥਾਂ ਦੇ ਜੋੜਾਂ ਨੂੰ ਰਿਸਟ ਜਿਹੜੀ ਕਲਾਈ ਹੈਗੀ ਆ ਉਹਦੇ ਜੋੜ ਨੂੰ ਤੇ ਗੋਡਿਆਂ ਦੇ ਜੋੜ ਨੂੰ ਜ਼ਿਆਦਾ ਪ੍ਰਭਾਵਿਤ ਕਰਦੀ ਹੈਗੀ ਆ ਜਦੋਂ ਇਹ ਗਠੀਆ ਰੂਮੈਟਾਇਡ ਗਠੀਆ ਗਠੀਆ ਹੁੰਦਾ ਆ ਤੇ ਇਹਦੇ ਨਾਲ ਕੀ ਹੁੰਦਾ ਆ ਇਹਦੇ ਨਾਲ ਇਹ ਹੁੰਦਾ ਆ ਕਿ ਜਿਹੜੀ ਅੰਦਰਲੀ ਲਾਈਨਿੰਗ ਹੈਗੀ ਆ ਸਾਈਨੋਵિયલ ਮੈਂਬਰੇਨ ਜਿਹਨੂੰ ਅਸੀਂ ਕਹਿੰਨੇ ਆ ਉਹਦੇ ਵਿੱਚ ਸੋਜ ਆ ਜਾਂਦੀ ਆ ਤੇ ਉਹਦੇ ਨਾਲ ਜਿਹੜਾ ਜੋਇੰਟ ਦਾ ਬਣਤਰ ਹੈਗੀ ਆ ਉਹਦੇ ਵਿੱਚ ਡੈਮੇਜ ਹੋ ਜਾਂਦਾ ਨੁਕਸਾਨ ਹੋ ਜਾਂਦਾ ਹੈ ਜਦੋਂ ਨੁਕਸਾਨ ਹੁੰਦਾ ਆ ਉਹਦੇ ਨਾਲ ਜ਼ਿਆਦਾ ਲੌਂਗ ਲਾਸਟਿੰਗ ਦਰਦ ਹੁੰਦਾ ਹੈਗਾ ਆ ਫਿਰ ਤੁਸੀਂ ਆਪਣੇ ਜੋੜ ਨੂੰ ਤੁਸੀਂ ਵਰਤ ਨਹੀਂ ਸਕਦੇ ਤੇ ਕਈ ਵਾਰੀ ਉਹ ਜੋੜ ਜਿਹੜਾ ਆ ਬਿੰਗਾ ਟੇਡਾ ਹੋ ਜਾਂਦਾ ਹੈਗਾ ਆ ਇਹ ਹੀ ਜਿਹੜਾ ਰੋਮੈਟਾਇਡ ਗਠੀਆ ਹੈ ਇਹ ਹੋਰ ਵੀ ਟਿਸ਼ੂਸ ਸਿਰਫ ਜੋੜਾਂ ਨੂੰ ਹੀ ਨਹੀਂ ਨੁਕਸਾਨ ਪਹੁੰਚਾਉਂਦਾ ਸਰੀਰ ਦੇ ਹੋਰ ਵੀ ਅੰਗਾਂ ਨੂੰ ਬਹੁਤ ਪ੍ਰਭਾਵਿਤ ਕਰਦਾ ਹੈ ਜਿਦਾ ਕਿ ਤੁਹਾਡੇ ਫੇਫੜੇ ਹੈ ਤੁਹਾਡਾ ਹਾਰਟ ਹੈ ਅਤੇ ਤੁਹਾਡੀਆਂ ਅੱਖਾਂ ਹਨ ਤੇ ਹੋਰ ਕਿਡਨੀ ਵੀ ਹੈ ਹੋਰ ਵੀ ਸਾਰੇ ਸਕਿਨ ਹੈ ਬਹੁਤ ਆਰਗਨਸ ਨੂੰ ਇਹ ਪ੍ਰਭਾਵਿਤ ਕਰਦਾ ਹੈ ਇਹ ਮੈਂ ਇੱਕ ਸ਼ਕਲ ਦਿਖਾਣਾ ਹੈ ਕਿ ਇੱਕ ਲੇਡੀ ਦੇ ਜੋੜਾਂ ਦੇ ਵਿੱਚ ਇਸ ਗਠੀਏ ਦੀ ਲਾਮਤ ਆਈ ਹੈ ਉਹਦੇ ਵਿੱਚ ਕੀ ਹੈ ਕਿ ਦੋ ਹੱਡੀਆਂ ਹੈ ਉਹਨਾਂ ਦੇ ਵਿੱਚਕਾਰ ਜੋੜ ਹੈ ਜੋੜ ਦੇ ਵਿੱਚ ਇਹ ਨੀਲੀ ਜਿਹੜੀ ਹੈ ਚਿੱਲੀ ਹੈ ਇਹ ਚਿੱਲੀ ਦੇ ਵਿੱਚ ਸੋਜ ਆ ਜਾਂਦੀ ਹੈਗੀ ਆ ਔਰ ਜਦੋਂ ਇਹ ਚਿੱਲੀ ਦੇ ਵਿੱਚ ਇਹਨੂੰ ਸైనੋਵિયલ ਮੈਂਬਰਨ ਕਹਿੰਦੇ ਆ ਇਹਦੇ ਵਿੱਚ ਸੋਜ ਆ ਜਾਂਦੀ ਆ ਤੇ ਇਹਦੇ ਨਾਲ ਫੇਰ ਡੈਮੇਜ ਹੋਣਾ ਸ਼ੁਰੂ ਹੋ ਜਾਂਦਾ ਪਹਿਲਾਂ ਇਹ ਸਨੋਵિયલ ਮੈਂਬਰੇਨ ਦੇ ਵਿੱਚ ਸੋਜ ਆ ਜਾਂਦੀ ਆ ਫੇਰ ਨਾਲ ਜਿਹੜਾ ਪੀਲਾ ਹੈ ਇਹ ਕਾਰਟਿਲੇਜ ਹੈ ਇਹਦੇ ਵਿੱਚ ਸੋਜ ਆ ਜਾਂਦੀ ਹੈ ਤੇ ਇਹਦੇ ਨਾਲ ਹੀ ਫੇਰ ਬੋਨ ਦੇ ਵਿੱਚ ਵੀ ਸੋਜ ਆ ਕੇ ਇਹਨਾਂ ਦਾ ਜਿਹੜਾ ਜੋਇੰਟ ਦੀ ਮੂਵਮੈਂਟ ਹੈਗੀ ਆ ਉਹ ਵੀ ਇਫੈਕਟ ਹੁੰਦੀ ਆ ਔਰ ਇਹ ਬਿੰਗੇ ਟੇਡੇ ਜੋੜ ਫੇਰ ਹੋ ਜਾਂਦੇ ਹੈਗੇ ਆ ਇਹ ਕਿਉਂ ਹੁੰਦਾ ਕਾਰਨ ਕੀ ਹੈ ਇਹਦਾ ਜਿਸ ਤਰ੍ਹਾਂ ਮੈਂ ਪਹਿਲਾਂ ਦੱਸਿਆ ਆ ਕਿ ਇਹ ਇੱਕ ਆਟੋ ਇਮਿਊਨ ਡਿਜ਼ੀਜ਼ ਹੈ ਜਿਹਦੇ ਵਿੱਚ ਸਾਡੀ ਆਪਣੀ ਰੱਖਿਆ ਪ੍ਰਣਾਲੀ ਸਾਡੇ ਆਪਣੇ ਸੈੱਲਾਂ ਦੇ ਉੱਤੇ ਅਟੈਕ ਕਰ ਦਿੰਦੀ ਹੈਗੀ ਆ ਨਾਰਮਲੀ ਕੀ ਹੁੰਦਾ ਕਿ ਸਾਡਾ ਜਿਹੜਾ ਰੱਖਿਆ ਪ੍ਰਣਾਲੀ ਹੈਗੀ ਆ ਉਹ ਸਾਡੀ ਬਾਡੀ ਨੂੰ ਇਨਫੈਕਸ਼ਨ ਤੋਂ ਤੇ ਡਿਜ਼ੀਜ਼ ਤੋਂ ਬਚਾਉਣ ਦੇ ਵਿੱਚ ਕੰਮ ਕਰਦੀ ਹੈਗੀ ਆ ਔਰ ਇਸ ਰੂਮੈਟੋਇਡ ਗਠੀਏ ਦੇ ਵਿੱਚ ਸਾਡੀ ਜਿਹੜੀ ਰੱਖਿਆ ਪ੍ਰਣਾਲੀ ਹੈਗੀ ਆ ਉਹ ਸਾਡੇ ਹੈਲਦੀ ਇਸ਼ੂ ਨੂੰ ਟਿਸ਼ੂ ਜਿਹੜੇ ਹੈਗੇ ਆ ਸਾਡੇ ਸਹੀ ਜਿਹੜੇ ਟਿਸ਼ੂ ਹੈਗੇ ਆ ਉਹਨਾਂ ਜੋਇੰਟਸ ਦੇ ਉਹਨਾਂ ਤੇ ਅਟੈਕ ਕਰ ਦਿੰਦੀ ਹੈਗੀ ਆ ਇਹਦੇ ਨਾਲ ਮੈਡੀਕਲ ਪ੍ਰੋਬਲਮਸ ਹੁੰਦੀਆਂ ਨਾਲ ਹਾਰਟ ਤੇ ਵੀ ਅਸਰ ਹੋ ਜਾਂਦਾ ਲੰਗਸ ਤੇ ਵੀ ਅਸਰ ਹੋ ਜਾਂਦਾ ਸਾਡੀਆਂ ਨਾੜਾਂ ਤੇ ਵੀ ਅਸਰ ਹੋ ਜਾਂਦਾ ਸਾਡੀਆਂ ਅੱਖਾਂ ਤੇ ਵੀ ਅਸਰ ਹੋ ਜਾਂਦਾ ਅਤੇ ਸਾਡੇ ਹੋਰ ਵੀ ਅੰਗਾਂ ਦੇ ਉੱਤੇ ਜਿੱਦਾਂ ਸਕਿਨ ਹੈ ਕਿਡਨੀ ਹੈ ਉਹ ਉਹਨਾਂ ਦੇ ਉੱਤੇ ਵੀ ਅਸਰ ਇਹਦਾ ਦੇਖਣ ਨੂੰ ਮਿਲਦਾ ਹੈਗਾ ਆ ਇਹ ਤਿੰਨ ਟਾਈਪ ਦੀ ਹੁੰਦੀ ਹੈਗੀ ਆ ਗਠੀਆ ਤਿੰਨ ਟਾਈਪ ਦਾ ਹੈ ਇਹ ਇੱਕ ਤਾਂ ਹੈ ਰੂਮਟਾਇਡ ਅਸੀਂ ਇਹਦੇ ਵਿੱਚ ਟੈਸਟ ਕਰਾਣੇ ਹੈਗੇ ਬਲੱਡ ਦਾ ਉਹਦੇ ਵਿੱਚ ਰੂਮਟਾਇਡ ਫੈਕਟਰ ਦਾ ਅਸੀਂ ਟੈਸਟ ਕਰਾਣੇ ਹੈਗੇ ਆ ਇੱਕ ਕੇਸ ਹੋ ਹੁੰਦੇ ਆ ਜਿਨ੍ਹਾਂ ਦੇ ਵਿੱਚ ਰੂਮਟੋਇਡ ਫੈਕਟਰ ਪੋਜ਼ਿਟਿਵ ਹੁੰਦਾ ਆ ਉਹਨੂੰ ਅਸੀਂ ਜ਼ੀਰੋ ਪੋਜ਼ਿਟਿਵ ਕਹਿੰਦੇ ਆ ਇੱਕ ਦੂਜਾ ਹੁੰਦਾ ਜਿਹਦੇ ਵਿੱਚ ਆਰਏ ਫੈਕਟਰ ਤਾਂ ਨੈਗੇਟਿਵ ਹੁੰਦਾ ਪਰ ਉਹ ਹੁੰਦਾ ਰੂਮਟੋਇਡ ਹੀ ਹੈ ਉਹਨੂੰ ਜ਼ੀਰੋ ਨੈਗੇਟਿਵ ਰੂਮਟੋਇਡ ਕਹਿੰਦੇ ਹੈਗੇ ਆ ਇੱਕ ਤੀਜੀ ਕਿਸਮ ਦਾ ਹੈ ਜਿਹਦੇ ਵਿੱਚ ਪੋਜ਼ਿਟਿਵ ਵੀ ਹੋ ਜਾਂਦਾ ਨੈਗੇਟਿਵ ਵਿੱਚ ਵੀ ਨੈਗੇਟਿਵ ਵੀ ਹੋ ਜਾਂਦਾ ਹੈਗਾ ਆ ਇਹ ਜਿਹੜਾ ਟੈਸਟ ਹੈਗਾ ਆ ਇਹ ਇਹਦਾ ਸਪੈਸੀਫਿਕ ਨਹੀਂ ਹੈ ਇਹ ਹੋਰ ਵੀ ਕਈ ਜੋੜਾਂ ਦੀਆਂ ਬਿਮਾਰੀਆਂ ਦੇ ਵਿੱਚ ਪੋਜ਼ਿਟਿਵ ਹੋ ਜਾਂਦਾ ਹੈਗਾ ਆ ਸੋ ਇਹ ਇੱਕ ਇੱਕ ਟੈਸਟ ਜਿਹੜਾ ਹੈਗਾ ਆ ਇਹਨੂੰ ਅਸੀਂ ਸਪੈਸੀਫਿਕ ਨਹੀਂ ਕਹਿੰਦੇ ਆ ਜਿਹੜਾ ਟੈਸਟ ਜਿਹੜਾ ਐਂਟੀ ਸਾਈਕਲਿਕ ਸਿਟਰੁਲੀਨੇਟਿਡ ਪੈਪਟਾਈਡਸ ਹੈਗਾ ਐਂਟੀ ਸੀ ਸੀ ਪੀਸ ਅਸੀਂ ਇਹਨੂੰ ਕਹਿੰਦੇ ਆ ਇਹ ਇਹ ਦਾ ਸਪੈਸੀਫਿਕ ਹੈਗਾ ਆ ਰੂਮੈਟੋਇਡ ਦਾ ਇਹ ਐਂਟੀ ਸਿਟਰੁਲੀਨੇਟਿਡ ਪ੍ਰੋਟੀਨ ਜਿਹੜੀ ਐਂਟੀਬਾਡੀਜ਼ ਹੈਗੀਆਂ ਇਹ ਸਾਡੇ ਸਰੀਰ ਦੇ ਵਿੱਚ ਜਿਹੜੇ ਫਿਜ਼ੀਕਲ ਸਿੰਪਟਮਸ ਹੈਗੇ ਜਿਹੜੇ ਮੈਂ ਪਹਿਲਾਂ ਦੱਸੇ ਹੈਗੇ ਆ ਕਿ ਉਹਨਾਂ ਦੇ ਨਾਲ ਅਗਰ ਇਹ ਪੋਜ਼ਿਟਿਵ ਹੈਗਾ ਤੇ ਅਸੀਂ ਸਮਝਦੇ ਹਾਂ ਕਿ ਇਹ ਤੁਹਾਨੂੰ ਰੂਮਟਾਇਡ ਗਠੀਆ ਹੈਗਾ ਹੈਗਾ ਇਹਨੂੰ ਕਨਫਰਮ ਕਰਨ ਲਈ ਅਸੀਂ ਇਹ ਟੈਸਟ ਕਰਾਉਣੇ ਹੈਗੇ ਆ ਇਹ ਟੈਸਟ ਜਿਹੜਾ ਹੈਗਾ ਕੋਈ 60 ਤੋਂ 80% ਲੋਕਾਂ ਨੂੰ ਜਿਹੜੇ ਰੂਮਟਾਇਡ ਦੇ ਗਠੀਏ ਦੇ ਪੇਸ਼ੈਂਟਸ ਹੈਗੇ ਆ ਉਹਨਾਂ ਵਿੱਚ ਪ੍ਰੈਜ਼ੈਂਟ ਹੁੰਦਾ ਹੈਗਾ ਆ ਤੇ ਇਹ ਜਦੋਂ ਤੁਹਾਨੂੰ ਹਾਲੇ ਪ੍ਰੋਬਲਮ ਬਹੁਤੀ ਹੋਈ ਨਹੀਂ ਹੈ ਅਗਰ ਇਹ ਪਹਿਲਾਂ ਵੀ ਟੈਸਟ ਕਰਵਾ ਲਿਆ ਜਾਏ ਤਾਂ ਤੁਹਾਨੂੰ ਪਹਿਲਾਂ ਵੀ ਇਹ ਦੱਸ ਸਕਦਾ ਹੈ ਕਿ ਤੁਹਾਨੂੰ ਰੂਮੇਟਾਇਡ ਹੋਣ ਦੇ ਚਾਂਸਸ ਬਹੁਤ ਜ਼ਿਆਦਾ ਹਨ ਸੋ ਇਹ ਬਹੁਤ ਇੰਪੋਰਟੈਂਟ ਹੈ ਫਿਰ ਹੈ ਇਹਦੇ ਰਿਸਕ ਫੈਕਟਰ ਕਿਹੜੇ ਹੈਗੇ ਇਕਦਾ ਹੈ ਕਿ ਅਗਰ ਲੇਡੀਜ਼ ਦੇ ਵਿੱਚ ਇਹ ਜ਼ਿਆਦਾ ਰੋਬਟਾਇਡ ਦੀ ਸ਼ਿਕਾਇਤ ਹੁੰਦੀ ਹੈਗੀ ਆ ਆ ਆਦਮੀਆਂ ਦੇ ਨਾਲੋਂ ਫਿਰ ਏਜ ਜਿਹੜੀ ਹੈਗੀ ਆ ਇਹ ਮਿਡਲ ਏਜ ਦੇ ਵਿੱਚ ਤਕਰੀਬਨ ਹੁੰਦਾ ਹੈਗਾ ਆ ਤੇ ਵੈਸੇ ਤਾਂ ਕਿਸੇ ਏਜ ਦੇ ਵਿੱਚ ਵੀ ਹੋ ਜਾਂਦਾ ਜੁਵਨਾਈਲ ਵੀ ਹੋ ਜਾਂਦਾ ਸਿਆਣਿਆਂ ਨੂੰ ਵੀ ਹੋ ਜਾਂਦਾ ਪਰ ਜ਼ਿਆਦੀ ਇਹਦੀ ਪ੍ਰੈਵਲੈਂਸ ਜਿਹੜੀ ਹੈਗੀ ਆ ਉਹ ਮਿਡਲ ਏਜ ਦੇ ਵਿੱਚ ਹੈਗੀ ਆ ਦੀ ਸ਼ਿਕਾਇਤ ਹੈ ਤੇ ਤੁਹਾਨੂੰ ਵੀ ਹੋਣ ਦੇ ਚਾਂਸਸ ਜਿਹੜੇ ਹੈਗੇ ਆ ਉਹ ਜ਼ਿਆਦਾ ਹੈਗੇ ਆ ਜਿਹੜੇ ਲੋਕ ਸਮੋਕਿੰਗ ਕਰਦੇ ਹੈਗੇ ਆ ਉਹਨਾਂ ਦੇ ਜਿਹੜੇ ਚਾਂਸਸ ਹੈਗੇ ਆ ਉਹ ਬਹੁਤ ਵੱਧ ਜਾਂਦੇ ਹੈਗੇ ਆ ਇਸ ਬਿਮਾਰੀ ਦੇ ਵਿੱਚ ਪਾਰਟਿਕੁਲਰਲੀ ਜੇ ਤੁਹਾਡੀ ਜੈਨੇਟਿਕ ਪ੍ਰੀਡਿਸਪੋਜੀਸ਼ਨ ਵੀ ਹੈਗੀ ਹੈ ਜੇ ਤੁਹਾਡੇ ਫੈਮਿਲੀ ਮੈਂਬਰਾਂ ਨੂੰ ਵੀ ਕਿਸੇ ਨੂੰ ਹੈ ਔਰ ਤੁਸੀਂ ਸਿਗਰਟ ਸਮੋਕਿੰਗ ਵੀ ਕਰਦੇ ਹੋ ਤਾਂ ਫਿਰ ਤੁਹਾਡੇ ਚਾਂਸਸ ਬਹੁਤ ਵੱਧ ਜਾਂਦੇ ਹੈਗੇ ਆ ਜਿਨ੍ਹਾਂ ਦਾ weight ਜ਼ਿਆਦਾ ਹੈ ਉਹਨਾਂ ਨੂੰ ਵੀ ਇਹ ਹੋਣ ਦਾ ਖਤਰਾ ਜਿਹੜਾ ਆ ਉਹ ਜ਼ਿਆਦਾ ਹੁੰਦਾ ਹੈਗਾ ਆ ਰਿਸਕ ਫੈਕਟਰਸ ਹੋਰ ਹੈਗੇ ਆ ਕਿ ਜਿਹੜੀ ਹਿਸਟਰੀ ਆਫ ਲਾਈ ਬਰਥਸ ਹੈਗੀ ਆ ਜੇ ਔਰਤਾਂ ਜਿਨ੍ਹਾਂ ਨੇ ਬੱਚਿਆਂ ਨੂੰ ਜਨਮ ਦਿੱਤਾ ਹੈਗਾ ਆ ਜਿਨ੍ਹਾਂ ਨੇ ਉਹ ਸੇਫ ਹੈਗੀਆਂ ਆ ਇਹਦੇ ਤੋਂ ਕੁਝ ਇੱਕ ਹੱਦ ਤੱਕ ਜਿਨਾਂ ਲੇਡੀਆਂ ਨੇ ਕੋਈ ਜਨਮ ਨਹੀਂ ਦਿੱਤਾ ਬੱਚਿਆਂ ਨੂੰ ਉਹ ਵੀ ਇਹਦਾ ਰਿਸਕ ਫੈਕਟਰ ਹੈਗਾ ਆ ਇਹਦਾ ਮਤਲਬ ਆ ਕਿ ਬੱਚੇ ਨੂੰ ਜਨਮ ਦੇਣਾ ਇੱਕ ਤੁਹਾਡਾ ਪ੍ਰੋਟੈਕਟਿਵ ਹੈ ਇਸ ਬਿਮਾਰੀ ਤੋਂ ਤੇ अर्ਲੀ ਲਾਈਫ ਐਕਸਪੋਜ਼ਰ ਹੈਗਾ ਆ ਜੇ ਤੁਹਾਡੀ ਪਹਿਲੀ ਉਮਰ ਦੇ ਵਿੱਚ ਇਹ ਇਹਦਾ ਐਕਸਪੋਜ਼ਰ ਹੋ ਗਿਆ ਆ ਤੇ ਫਿਰ ਅੱਗੇ ਅਡਲਟ ਹੋਡ ਦੇ ਵਿੱਚ ਵੀ ਇਹਦੇ ਚਾਂਸਸ ਜ਼ਿਆਦਾ ਹੈਗੇ ਆ ਜਿਸ ਤਰ੍ਹਾਂ ਕਿ ਇੱਕ ਸਟੱਡੀ ਕੀਤੀ ਗਈ ਆ ਜਿਹਦੇ ਵਿੱਚ ਬੱਚਿਆਂ ਦੀ ਜਿਨ੍ਹਾਂ ਦੇ ਮਦਰਸ ਜਿਹੜੇ ਸਿਮੋਕ ਕਰਦੇ ਸੀ ਉਹਨਾਂ ਦਾ ਰਿਸਕ ਜਿਹੜਾ ਸੀ ਉਹ ਇਸ ਬਿਮਾਰੀ ਰੂਮੈਟਾਇਡ ਗਠੀਏ ਦੀ ਬਿਮਾਰੀ ਦਾ ਡਬਲ ਹੋ ਗਿਆ ਜਦੋਂ ਉਹ ਅਡਲਟ ਹੋਏ ਤੇ ਜਿਹੜੇ ਚਿਲड्रन ਲੋਅਰ ਇਨਕਮ ਗਰੁੱਪ ਦੇ ਵਿੱਚ ਪੈਦਾ ਹੁੰਦੇ ਆ ਜਿਨ੍ਹਾਂ ਦੇ ਪੇਰੈਂਟਸ ਦੀ ਇਨਕਮ ਘੱਟ ਹੈਗੀ ਆ ਗਰੀਬੀ ਦੇ ਵਿੱਚ ਉਹ ਉਹਨਾਂ ਦੇ ਵਿੱਚ ਵੀ ਇਹਦੀ ਜਿਹੜੀ ਰਿਸਕ ਹੈਗਾ ਆ ਉਹ ਜ਼ਿਆਦਾ ਹੁੰਦਾ ਹੈਗਾ ਇੱਕ ਹੋਰ ਹੈ ਕਿ ਜਿਹੜੀਆਂ ਬ੍ਰੈਸਟ ਫੀਡਿੰਗ ਹੈ ਲੇਡੀਆਂ ਜਿਹੜੀਆਂ ਆਪਣੇ ਬੱਚੇ ਨੂੰ ਆਪਣਾ ਦੁੱਧ ਦਿੰਦੀਆਂ ਆ ਉਹਨਾਂ ਨੂੰ ਇਹਦਾ ਬਹੁਤ ਘੱਟ ਰਿਸਕ ਹੁੰਦਾ ਹੈ ਉਹ ਇਹ ਤੋਂ ਤਕਰੀਬਨ ਬੱਚੀਆਂ ਰਹਿੰਦੀਆਂ ਹੈਗੀਆਂ ਆ ਇਹ ਵੀ ਇੱਕ ਇੰਪੋਰਟੈਂਟ ਲੇਡੀਜ਼ ਦੇ ਲਈ ਹੈ ਕਿ ਅਗਰ ਤੁਸੀਂ ਆਪਣੇ ਬੱਚੇ ਨੂੰ ਆਪਣਾ ਦੁੱਧ ਦਿਨੇ ਹੋ ਤੇ ਤੁਸੀਂ ਇਸ ਬਿਮਾਰੀ ਤੋਂ ਵੀ ਬਚ ਸਕਦੇ ਹੈਗੇ ਆ ਇਹਦੀਆਂ ਸਟੇਜਿਸ ਕਿਹੜੀਆਂ ਹੈਗੀਆਂ ਆ ਸਟੇਜਿਸ ਇਹਦੀਆਂ 4 ਸਟੇਜਿਸ ਹੈਗੀਆਂ ਆ ਇਹ ਇੱਕ ਸਟੇਜ ਤਾਂ अर्ਲੀ ਸਟੇਜ ਹੈਗੀ ਆ ਜਿਹੜੀ ਕਿ ਮੈਂ ਤੁਹਾਨੂੰ ਦੱਸਿਆ ਹੈ ਕਿ ਜਦੋਂ ਤੁਹਾਡੀ ਇਨਫਲੇਮ ਹੁੰਦੀ ਹੈਗੀ ਆ ਸੈਨੋਵિયલ ਮੈਂਬਰੇਨ ਉਹਦੇ ਨਾਲ ਤੁਹਾਨੂੰ ਸਟਿਫਨੈਸ ਹੋ ਜਾਂਦੀ ਆ ਪੇਨ ਹੋ ਜਾਂਦਾ ਹੈਗਾ ਆ ਦੂਜੀ ਸਟੇਜ ਹੈਗੀ ਆ ਜਦੋਂ ਇਹ ਇਨਫਲੇਮੇਸ਼ਨ ਤੁਹਾਡੇ ਕਾਰਟਿਲੇਜ ਤੱਕ ਪਹੁੰਚ ਜਾਂਦੀ ਹੈਗੀ ਆ ਜਿਹੜਾ ਤੁਹਾਡਾ ਲਾਈਨਿੰਗ ਦੇ ਨਾਲ ਦਾ ਕਾਰਟਿਲੇਜ ਹੈ ਉਹਦੇ ਤੇ ਪਹੁੰਚ ਜਾਂਦੀ ਆ ਤਾਂ ਫਿਰ ਤੁਹਾਡੇ ਸਟਿਫਨੈਸ ਹੋ ਜਾਂਦੀ ਆ ਰੇਂਜ ਆਫ ਮੋਸ਼ਨ ਤੁਹਾਡਾ ਕੱਟ ਜਾਂਦਾ ਤੁਸੀਂ ਪੂਰੀ ਤਰ੍ਹਾਂ ਹਿਲਾ ਨਹੀਂ ਸਕਦੇ ਤੀਜੀ ਸਟੇਜ ਦੇ ਵਿੱਚ ਹੈਗੀ ਆ ਇਨਫਲੇਮੇਸ਼ਨ ਇੰਨੀ ਵੱਧ ਜਾਂਦੀ ਹੈਗੀ ਆ ਕਿ ਇਹ ਤੁਹਾਡੀ ਹੱਡੀਆਂ ਤੱਕ ਚਲ ਜਾਂਦੀ ਹੈਗੀ ਆ ਹੱਡੀਆਂ ਨੂੰ ਵੀ ਇਨਫਲੇਮ ਕਰ ਦਿੰਦੀ ਹੈ ਉਹਨਾਂ ਦੇ ਉੱਤੇ ਵੀ ਸੋਜਿਸ਼ ਦਾ ਅਸਰ ਹੋ ਜਾਂਦਾ ਤੁਹਾਨੂੰ ਬਹੁਤ ਜ਼ਿਆਦਾ ਪੇਨ ਹੁੰਦਾ ਸਟਿਫਨੈਸ ਹੁੰਦਾ ਤੇ ਮੂਵਮੈਂਟ ਜਿਹੜੀ ਆ ਬਿਲਕੁਲ ਘਟ ਜਾਂਦੀ ਹੈਗੀ ਆ ਤੇ ਤੁਸੀਂ ਇਹਦੇ ਥੋੜੇ ਟੇਡੇ ਮੇਡੇ ਹੋਣ ਦੇ ਚਾਂਸਸ ਵੀ ਹੋ ਜਾਂਦੇ ਹੈਗੇ ਆ ਇਸ ਸਟੇਜ ਦੇ ਵਿੱਚ ਚੌਥੀ ਸਟੇਜ ਐਸੀ ਹੈਗੀ ਆ ਜਿਹੜੀ ਕਿ ਇਹਦੇ ਵਿੱਚ ਸੋਜਿਸ਼ ਬਿਲਕੁਲ ਘਟ ਜਾਂਦੀ ਹੈਗੀ ਆ ਪਰ ਜਿਹੜੀ ਸਟਿਫਨੈਸ ਹੈਗੀ ਆ ਪੇਨ ਸਵियर ਹੈਗਾ ਆ ਤੇ ਮੋਬਿਲਿਟੀ ਬਿਲਕੁਲ ਘਟ ਜਾਂਦੀ ਆ ਤੇ ਤੁਹਾਡੇ ਜਿਹੜੇ ਜੋੜ ਹੈਗੇ ਆ ਬਿਲਕੁਲ ਟੇਡੇ ਮੇਡੇ ਹੋ ਜਾਂਦੇ ਹੈਗੇ ਆ ਤੇ ਉਹ ਕੰਮ ਨਹੀਂ ਕਰਦੇ ਇਹ ਚੌਥੀ ਸਟੇਜ ਹੈਗੀ ਆ ਤੇ ਇਹ ਚਾਰ ਸਟੇਜਾਂ ਦੇ ਵਿੱਚ ਇਹ ਪ੍ਰੈਜੈਂਟ ਕਰਦੀ ਹੈਗੀ ਆ ਆ ਜਿਸ ਤਰ੍ਹਾਂ ਮੈਂ ਤੁਹਾਨੂੰ ਦਿਖਾਇਆ ਕਿ ਲੇਟ ਸਟੇਜ ਦੇ ਵਿੱਚ ਸੋਜਿਸ਼ ਨਹੀਂ ਹੈ ਕੋਈ ਵੀ ਪਰ ਜਿਹੜੇ ਜੋੜ ਹੈਗੇ ਆ ਉਹ ਟੇਢੇ ਮੇਢੇ ਹੋ ਗਏ ਹੈਗੇ ਆ ਤੇ ਇਹ ਲੇਟ ਸਟੇਜ ਦੇ ਵਿੱਚ ਹੈਗਾ ਆ ਇਹ ਡਿਫਾਰਮਿਟੀ ਹੋ ਗਈ ਹੈਗੀ ਆ ਥੰਬ ਆ ਥੰਬ ਦੀ ਡਿਫਾਰਮਿਟੀ ਹੋਈ ਹੋਈ ਹੈਗੀ ਆ ਇਹਦੇ ਨਾਲ ਆਹਾ ਡਿਵੀਏਸ਼ਨ ਵੀ ਅਲਨਰ ਟਾਈਪ ਦੇ ਵਿੱਚ ਹੋ ਗਈ ਹੈਗੀ ਆ ਤੇ ਇਹ ਇਹ ਜਿਹੜੀ ਸਵੈਨ ਨੈਕ ਡਿਫਾਰਮਿਟੀ ਇਸ ਤਰ੍ਹਾਂ ਬਿੰਗੀ ਹੋ ਗਈ ਹੈਗੀ ਆ ਇਹ ਇਹ ਸਾਰਾ ਜਿਹੜਾ ਹੈ ਲੇਟ ਸਟੇਜ ਦੇ ਵਿੱਚ ਹੁੰਦਾ ਹੈਗਾ ਆ ਇਹ ਕੱਟ ਸੈਕਸ਼ਨ ਦੇ ਵਿੱਚ ਦਿਖਾਇਆ ਗਿਆ ਹੈ ਇਹ ਇਹ ਜਿਹੜੀ ਨੀਲੀ ਹੈਗੀ ਆ ਇਹ ਸਿਨੋਵial ਮੈਂਬਰੇਨ ਹੈ ਇਹ ਜਿਹੜਾ ਚਿੱਟਾ ਹੈਗਾ ਆ ਇਹ ਕਾਰਟਿਲੇਜ ਹੈ ਔਰ ਇਹ ਬੋਨ ਹੈ ਪਹਿਲਾਂ ਇਹ ਸਿਨੋਵial ਮੈਂਬਰੇਨ ਦੇ ਵਿੱਚ ਸੋਜ ਹੁੰਦੀ ਆ ਫੇਰ ਕਾਰਟਿਲੇਜ ਦੇ ਵਿੱਚ ਹੋ ਜਾਂਦੀ ਆ ਫੇਰ ਬੋਨ ਦੇ ਵਿੱਚ ਹੁੰਦੀ ਹੈਗੀ ਆ ਸੋ ਇਹ ਇਸ ਤਰੀ ਚਾਰ ਸਟੇਜਾਂ ਦੇ ਵਿੱਚ ਇਹ ਤੁਹਾਡੀ ਰੂਮਟੋਇਡ ਰਿਪਰੈਜ਼ੈਂਟ ਕਰਦਾ ਹੈਗਾ ਹੈ ਸਾਈਨਸ ਐਂਡ ਸਿੰਪਟਮਸ ਇਹਦੇ ਕੀ ਹੁੰਦੇ ਹੈਗੇ ਆ ਸਾਈਨ ਸਿੰਟਮ ਜਿਹੜੇ ਆ ਇਹ ਕਈ ਵਾਰੀ ਜ਼ਿਆਦਾ ਵੱਧ ਜਾਂਦੇ ਆ ਤੇ ਕਈ ਵਾਰੀ ਘੱਟ ਜਾਂਦੇ ਆ ਇਹਨੂੰ ਅਸੀਂ ਫਲੇਅਰਸ ਤੇ ਰਿਮਿਸ਼ਨਸ ਕਹਿੰਨੇ ਹੈਗੇ ਆ ਇੱਕ ਇੱਕ ਕੁਝ ਇੱਕ ਦਿਨ ਤਾਂ ਬਹੁਤ ਜ਼ਿਆਦਾ ਦਰਦ ਹੁੰਦਾ ਆ ਤਕਲੀਫਾਂ ਹੁੰਦੀਆਂ ਸੋਜ ਵੱਧ ਜਾਂਦੀ ਆ ਫਿਰ ਕੁਝ ਇੱਕ ਦਿਨ ਦੇ ਵਿੱਚ ਰਿਮਿਸ਼ਨਸ ਹੋ ਜਾਂਦੀਆਂ ਹੈਗੀਆਂ ਆ ਤੇ ਇਹ ਸਾਈਨਸ ਐਂਡ ਸਿੰਪਟਮ ਜਿਹੜੇ ਹੈਗੇ ਆ ਇਹ ਦਰਦ ਹੈ ਸੋਜ ਹੈਗੀ ਆ ਤੇ ਇਹ ਮਤਲਬ ਇਹ ਦਰਦ ਦਰ ਸੋਜੇ ਸਿਰਫ ਇੱਕ ਜੋਇੰਟ ਦੇ ਵਿੱਚ ਨਹੀਂ ਹੁੰਦੀ ਕਈਆਂ ਜੋਇੰਟਸ ਦੇ ਵਿੱਚ ਸਿਮੈਟਰੀਕਲ ਹੋ ਜਾਂਦੀ ਹੈਗੀਆ ਮਤਲਬ ਜੇ ਇਸ ਹੱਥ ਦੀਆਂ ਉਂਗਲੀਆਂ ਦੇ ਵਿੱਚ ਦਰਦ ਹੁੰਦਾ ਤਾਂ ਇਸ ਹੱਥ ਦੀਆਂ ਦੀਆਂ ਵਿੱਚ ਵੀ ਹੋਏਗਾ ਦੋਨਾਂ ਦੇ ਵਿੱਚ ਇਹ ਸਿਮੈਟਰੀਕਲ ਹੋਏਗਾ ਦੋਨਾਂ ਸਾਈਡਾਂ ਤੇ ਤੇ ਫਿਰ ਜਦੋਂ ਤੁਸੀਂ ਹੱਥ ਲਾਓਗੇ ਉਹਦੇ ਵਿੱਚ ਸਵੇਲਿੰਗ ਹੋਏਗੀ ਉਹਦੇ ਵਿੱਚ ਟੈਂਡਰਨੈਸ ਦਰਦ ਹੋਏਗਾ ਜਦੋਂ ਤੁਸੀਂ ਹੱਥ ਲਾਓਗੇ ਬੋਥ ਸਾਈਡ ਦੇ ਉੱਤੇ ਸੇਮ ਸਿੰਪਟਮਸ ਹੁੰਦੇ ਹੈਗੇ ਆ ਸੱਜੇ ਪਾਸੇ ਵੀ ਖੱਬੇ ਪਾਸੇ ਵੀ ਇਹਦੇ ਨਾਲ ਤੁਹਾਡਾ ਵਜ਼ਨ ਵੀ ਘਟ ਜਾਂਦਾ ਹੈਗਾ ਤੁਹਾਨੂੰ ਬੁਖਾਰ ਵੀ ਹੋ ਸਕਦਾ ਕਿਉਂਕਿ ਸੋਜਿਸ਼ ਹੈ ਸੋਜਿਸ਼ ਦੇ ਨਾਲ ਬੁਖਾਰ ਹੋ ਜਾਂਦਾ ਹੈ ਤੁਹਾਨੂੰ ਜਿਆਦਾ ਟਾਇਰਡਨੈਸ ਹੋ ਜਾਂਦੀ ਆ ਫਟੀਗ ਹੋ ਜਾਂਦੀ ਹੈਗੀ ਆ ਤੇ ਵੀਕਨੈਸ ਤੇ ਕਮਜ਼ੋਰੀ ਵੀ ਜਿਆਦਾ ਹੋ ਜਾਂਦੀ ਹੈਗੀ ਆ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਇਹ ਇਹਦੇ ਸਾਈਨਸ ਐਂਡ ਸਿੰਪਟਮਸ ਹੈਗੇ ਆ ਸਰ ਸੌਰੀ ਜਿਹੜੇ ਆ ਸਰ ਜਿਹੜਾ ਆਪਣਾ ਸੈਸ਼ਨ ਹੈਗਾ 40 ਮਿੰਟਸ ਦਾ ਤੇ ਉਹ 1 ਮਿੰਟ ਆਫਟਰ ক্লোਜ਼ ਹੋ ਜਾਣਾ ਤਾਂ ਫਿਰ ਦੁਬਾਰਾ ਜੁਆਇਨ ਕਰ ਲੈਣ ਜਿਨ੍ਹਾਂ ਨੇ ਵੀ ਜੁਆਇਨ ਕੀਤਾ ਠੀਕ ਹੈ ਜੀ ਥੈਂਕ ਯੂ ਸਰ ਹੋਰ ਕਿਹੜੇ ਕਿਹੜੇ ਆਰਗਨ ਹੈਗੇ ਆ ਜਿਹੜੇ ਇਹਦੇ ਰੂਮੇਟ ਐਂਡ ਮਤਲਬ ਗਠੀਏ ਦੇ ਨਾਲ ਪ੍ਰਭਾਵਿਤ ਹੁੰਦੇ ਹਨ ਇੱਕ ਤਾਂ ਸਾਡੀ ਚਮੜੀ ਹੈ ਚਮੜੀ ਵੀ ਪ੍ਰਭਾਵਿਤ ਹੋ ਜਾਂਦੀ ਹੈ ਅੱਖਾਂ ਦੇ ਉੱਤੇ ਇਹਦਾ ਅਸਰ ਹੋ ਜਾਂਦਾ ਹੈਗਾ ਸਾਡੇ ਫੇਫੜਿਆਂ ਦੇ ਉੱਤੇ ਇਹਦਾ ਅਸਰ ਹੈ ਹਾਰਟ ਹਾਰਟ ਦੇ ਉੱਤੇ ਵੀ ਡਾਇਰੈਕਟ ਇਹਦਾ ਅਸਰ ਹੋ ਜਾਂਦਾ ਹੈ ਕਿਡਨੀਜ਼ ਗੁਰਦਿਆਂ ਦੇ ਉੱਤੇ ਹੋ ਜਾਂਦਾ ਸਲਿਵਰੀ ਗਲੈਂਡਸ ਜਿਹੜੀਆਂ ਸਾਡੀਆਂ ਥੁੱਕ ਕਾਲੀਆਂ ਗਲੈਂਡ ਹੈਗੀਆਂ ਆ ਉਹਨਾਂ ਦੇ ਉੱਤੇ ਅਸਰ ਹੋ ਜਾਂਦਾ ਨਰਵਜ਼ ਜਿਹੜੀਆਂ ਸਾਡੀਆਂ ਨਾੜਾਂ ਹੈਗੀਆਂ ਉਹਨਾਂ ਤੇ ਅਸਰ ਹੋ ਜਾਂਦਾ ਬੋਨ ਮੈਰੋ ਬੋਨ ਦਾ ਉੱਤੇ ਤਾਂ ਅਸਰ ਹੁੰਦਾ ਹੀ ਆ ਬੋਨ ਮੈਰੋ ਦੇ ਉੱਤੇ ਜਿਹੜੀ ਅੰਦਰੋਂ ਖਲਾਅ ਹੁੰਦਾ ਬੋਨ ਦੇ ਵਿੱਚ ਉਹਦੇ ਵਿੱਚ ਜਿਹੜਾ ਸੈੱਲ ਬਣਦੇ ਆ ਉਹਨਾਂ ਦੇ ਉੱਤੇ ਵੀ ਅਸਰ ਹੋ ਜਾਂਦਾ ਫਿਰ ਕਈ ਆ ਜਿਹੜੀਆਂ ਨਾੜਾਂ ਹੈਗੀਆਂ ਖੂਨ ਦੀਆਂ ਉਹਨਾਂ ਤੇ ਵੀ ਅਸਰ ਹੋ ਜਾਂਦਾ ਹੈਗਾ ਰੂਮਟਾਇਡ ਆਰਥਰਾਈਟਿਸ ਦੇ ਸਾਈਨਸ ਐਂਡ ਸਿੰਪਟਮਸ ਬਹੁਤ ਵੇਰੀ ਕਰਦੇ ਆ ਡਿਫਰੈਂਟ ਹੁੰਦੇ ਆ ਇਹ ਕਦੀ ਆ ਜਾਂਦੇ ਆ ਤੇ ਫਿਰ ਚਲ ਜਾਂਦੇ ਆ ਆ ਜਾਂਦੇ ਆ ਜਿਸ ਤਰ੍ਹਾਂ ਮੈਂ ਫਲੇਅਰਸ ਐਂਡ ਰਿਮਿਸ਼ਨਸ ਤੁਹਾਨੂੰ ਦੱਸਿਆ ਹੈਗਾ ਇਸ ਤਰ੍ਹਾਂ ਇਹ ਇਫੈਕਟ ਕਰਦੇ ਹੈਗੇ ਆ ਜੇ ਜਿਹੜੀ ਐਕਟੀਵਿਟੀ ਹੈਗੀ ਆ ਜ਼ਿਆਦਾ ਉਹ ਉਹਨੂੰ ਅਸੀਂ ਫਲੇਅਰਸ ਕਹਿੰਨੇ ਆ ਤੇ ਜਿਹੜੀ ਰਿਮਿਸ਼ਨਸ ਦੀ ਰੇਟ ਹੈ ਰਿਮਿਸ਼ਨ ਹੋ ਜਾਂਦੀ ਜਿਹਦੇ ਵਿੱਚ ਕੱਢ ਜਾਂਦੇ ਸਿੰਪਟਮ ਉਹਨਾਂ ਨੂੰ ਅਸੀਂ ਰਿਮਿਸ਼ਨ ਕਹਿੰਨੇ ਹੈਗੇ ਆ ਤੇ ਜਦੋਂ ਇਹਦੀ ਸੋਜਿਸ਼ ਤੇ ਦਰਦ ਜਿਹੜਾ ਡਿਸ ਅਪੀਅਰ ਹੋ ਜਾਂਦਾ ਆ ਉਹ ਉਹ ਓਵਰਟਾਈਮ ਦੇ ਵਿੱਚ ਤੇ ਫਿਰ ਇਹ ਜਿਹੜਾ ਜੋੜ ਹੈਗਾ ਆ ਉਹ ਬਿਲਕੁਲ